ਮੈਨੂੰ ਪਸੰਦ ਆ ਤੂੰ ਦੱਸ ਤੈਨੂੰ ਮਿੱਠੇ ਗਾਣੇ ਪਸੰਦ ਹੁੰਦੇ ਯਾਰ ਕਿਹੜੇ ਨਾਮ ਪਰ ਸਮਝ ਤੋਂ ਬਾਹਰ ਹੈ ਫਿਲਟਰ ਜੇ ਚੈੱਕ ਕਰ ਲਾ ਦਿਲ ਦੀਆਂ ਗੱਲਾਂ ਕਰਦੇ ਆ ਲਾਈਵ ਜਾ ਕੇ ਠੀਕ ਆ ਫਿਲਟਰ ਚੈੱਕ ਕਰਨ ਦੀ ਮੈਂ ਲਾਈਵ ਦੱਬਤਾ ਮੈਂ ਕਿਹਾ ਜਿਆਦਾ ਪ੍ਰਪੇਅਰ ਨੀ ਕਰਨਾ ਆਪਾਂ ਕਿਹੜੀ ਗੱਲ ਕਰਨੀ ਆ ਹਨਾ ਸਿੱਧਾ ਲਾਈਵ ਆਈਏ ਫਕਿੰਗ ਹੈਲ ਕਿੰਨੇ ਚਿਰਾਂ ਬਾਅਦ ਮਿਲ ਰਹੇ ਆ ਆਪਾਂ 2.5 ਸਾਲ ਯਾ ਇਟਸ ਅ ਲੌਂਗ ਟਾਈਮ ਯੈਪ ਬਹੁਤ ਜ਼ਿਆਦਾ ਟਾਈਮ ਹੋ ਗਿਆ ਸਾਨੂੰ ਮਿਲਿਆ ਨੂੰ ਤੇ ਅੱਜ ਅਸੀਂ ਇਕੱਠੇ ਹੋਏ ਆ 2.5 ਸਾਲ ਬਾਅਦ ਸਾਡਾ ਸ਼ੋਅ ਵੀ ਆ ਪਰ ਅਸੀਂ ਜ਼ਿਆਦਾ ਐਕਸਾਈਟਡ ਆ ਕਿ ਚਲੋ ਫਾਈਨਲੀ ਗੱਲਾਂ ਬਾਤਾਂ ਇਕੱਠਿਆਂ ਨੇ ਵੀ ਕੀਤੀਆਂ ਤੇ ਤੁਹਾਡੇ ਨਾਲ ਵੀ ਗੱਲਾਂ ਕਰਦੇ ਮੈਂ ਤਾਂ ਯਾਰ ਇਹੋ ਜਿਹੀ ਗੱਲਾਂ ਹੀ ਕਰਦਾ ਤੂੰ ਕੋਈ ਵਧੀਆ ਜੀ ਗੱਲ ਕਰ ਮੈਂ ਯਾਰ ਐਕਸਾਈਟਡ ਆ ਕੱਲ ਆਪਾਂ ਸਟੇਜ ਤੇ ਇਕੱਠੇ ਹੋਣਾ ਯੈਪ ਹੈ ਪਰਫਾਰਮੈਂਸ ਤਾਂ ਆਪਾਂ ਨੂੰ ਕਿਤੇ ਨੂੰ 3 ਸਾਲ ਹੀ ਹੋਵੇ ਸੀਰੀਅਸਲੀ ਲਾਸਟ ਟਾਈਮ ਵੇਅਰ ਡਿਡ ਵੀ ਪਰਫਾਰਮ ਟੁਗੇਦਰ ਇਨ ਆਸਟ੍ਰੇਲੀਆ ਆਈ ਗੈਸ ਆਸਟ੍ਰੇਲੀਆ ਆਪਾਂ ਯੂਕੇ ਵੀ ਇਕੱਠਿਆਂ ਕੀਤਾ ਪਰਫਾਰਮ ਕਿ ਨਹੀਂ ਨੋ So this is the 2018 This is the first time we're in the UK together. UK together. Performing. Odda vi appa vi performing together after 4 years. In 2018 we performed in Australia. Jadon appa last time mile si London, odon ki karan aaye si itthe? Odon to apne gaane gune tera show si itthe separately. Mera separate show si. Oh, okay, okay. Appa ikatthe kade nahi kita. Ikatthe na. UK de vich apna pehla show hai ikatthe. This is big. South. Yep. This is nice. Badhiya hona. Pasand aana tonu sare nu. ਨਵੇਂ ਨਵੇਂ ਅਨਾਊਂਸਮੈਂਟਸ ਕਰਾਂਗੇ ਨਵੇਂ ਨਵੇਂ ਬੰਬ ਸਿੱਟਾਂਗੇ ਜੈਸਮਿਨ ਦਾ ਹੁਣੇ ਗਾਣਾ ਕਿਤੇ ਬੰਬ ਆ ਗਿਆ ਬੰਬ ਗਾਣਾ ਸੀ ਉਸ ਤੋਂ ਪਹਿਲਾਂ ਸਾਡਾ ਆਇਆ ਸੀ ਬੰਬ ਜੱਟ ਬੰਬ ਜੱਟ ਬੰਬ ਨਾਂ ਤਾਂ ਮੇਰੇ ਨਾਲ ਹੀ ਜੁੜ ਗਿਆ ਹੁਣ ਤਾਂ ਸੋਲਿਡ ਹੋ ਗਿਆ ਕੰਮ ਤੇ ਹਲੇ ਨਵੇਂ ਨਵੇਂ ਬੰਬ ਵੀ ਅਸੀਂ ਅਨਾਊਂਸ ਕਰਾਂਗੇ ਹੌਲੀ ਹੌਲੀ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ ਤਾਂ ਫਿਰ ਐਕਸਾਈਟਮੈਂਟ ਖਰਾਬ ਹੋ ਜਾਂਦੀ ਹੈ ਤੂੰ ਦੋ ਪਿਆਰ ਦੀਆਂ ਗੱਲਾਂ ਕਰਨੀਆਂ ਸੋਲੋ ਕਰੋ ਕਰੋ ਬਸ ਲੈ ਇੱਧਰ ਫੜਾ ਹਾਂਜੀ 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 ਇਹ ਸਾਰੇ ਜਿੰਨੇ ਵੀ ਫੈਨਸ ਨੇ ਜੈਸਮਿਨ ਦੇ ਨੇ ਬਹੁਤ ਪਿਆਰ ਸਤਿਕਾਰ ਥੱਲੇ ਤੁਸੀਂ ਦੇ ਰਹੇ ਹੋ ਪਹਿਲਾਂ ਤਾਂ ਮੈਂ ਪਹਿਲੀ ਵਾਰੀ ਲਾਈਵ ਬਹੁਤ ਵਧੀਆ ਬਣੇ ਸੀ ਤੇ ਹੁਣ ਦੁਬਾਰਾ ਹੋਏ ਆ ਤੇ ਜਿਹੜੇ ਵੀ ਜੈਸਮਿਨ ਦੇ ਅਕਾਊਂਟ ਤੋਂ ਜਾ ਕੇ ਥੱਲੇ ਮੈਨੂੰ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਤੇ ਅਸੀਂ ਅੱਜ 2.5 ਸਾਲ ਬਾਅਦ ਇਕੱਠੇ ਹੋਏ ਆ ਐਂਡ ਜੈਸਮਿਨ ਨੂੰ ਹਮੇਸ਼ਾ ਮੈਂ ਇਹੀ ਦੇਖਣਾ ਚਾਹੁੰਦਾ ਹੁੰਦਾ ਕਿ ਜਿੰਨੀ ਮੈਂ ਜੈਸਮਿਨ ਨੂੰ ਵੱਡੀ ਤੇ ਘੈਂਟ ਆਰਟਿਸਟ ਮੰਨਦਾ ਤੇ ਅੱਜ ਮੈਂ ਤੁਹਾਨੂੰ ਵੀ ਦੱਸ ਰਿਹਾ ਕਿ ਖੁਸ਼ੀ ਹੁੰਦੀ ਹੈ ਮੈਨੂੰ ਜਦੋਂ ਘੈਂਟ ਘੈਂਟ ਗਾਣੇ ਜੈਸਮਿਨ ਦੇ ਆਉਂਦੇ ਆ ਐਂਡ ਉਹੀ ਫਲੋ ਉਹੀ ਯੂ ਨੋ ਐਟੀਟਿਊਡ ਜਿਹੜਾ ਸਕਰੀਨ ਤੇ ਜੈਸਮਿਨ ਦਾ ਹੁੰਦਾ ਸੋ ਮੈਨੂੰ ਲੱਗਦਾ ਕਿ ਕਿਸੇ ਦਾ ਨਹੀਂਗਾ ਤੇ ਮੈਨੂੰ ਆਰਟ ਜਿਹੜੀ ਜੈਸਮਿਨ ਦਾ ਕਰਾਫਟ ਆ ਮੈਨੂੰ ਬਹੁਤ ਪਸੰਦ ਹੈ ਤੇ ਪਰਸਨਲੀ ਵੀ ਮੇਰੀ ਬਹੁਤ ਵਧੀਆ ਫਰੈਂਡ ਆ ਸੋ ਚੰਗਾ ਲੱਗਿਆ ਅੱਜ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਜਦੋਂ ਇਕੱਠੇ ਹੋਏ ਆ ਪੁਰਾਣੀਆਂ ਗੱਲਾਂ ਤਾਜ਼ੀਆਂ ਹੋ ਜਾਂਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਕੁਛ ਕੁ ਚੀਜ਼ਾਂ ਹੁੰਦੀਆਂ ਜਿਹੜੀਆਂ ਗਾਣਿਆਂ ਤੋਂ ਉੱਪਰ ਹੁੰਦੀਆਂ ਰਿਲੇਸ਼ਨਸ ਜਿਹੜੇ ਹੁੰਦੇ ਆ ਕੁਛ ਜਿਹੜੀਆਂ ਦੋਸਤੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਤੁਹਾਡੀਆਂ ਗਾਣਿਆਂ ਤੋਂ ਉੱਪਰ ਹੁੰਦੀਆਂ ਐਂਡ ਜਦੋਂ ਤੁਸੀਂ ਮਿਲਦੇ ਹੋ ਪਤਾ ਲੱਗ ਜਾਂਦਾ ਕਿ ਤੁਸੀਂ ਇੱਕ ਦੋਸਤ ਨੂੰ ਮਿਲ ਰਹੇ ਹੋ ਕਿਉਂ ਜੈਸਮਿਨ ਮੈਂ ਬੋਰਿੰਗ ਆ ਦੇਖੋ ਜੀ ਗੱਲਾਂ ਮੈਂ ਇਦਾਂ ਹੀ ਕਰਦਾ ਤੇ ਰੌਣਕਾਂ ਦਾ ਫਿਰ ਜੈਸਮਿਨ ਹੀ ਲਾਉਂਦੀ ਆ ਤੂੰ ਕਰ ਜੈਸਮਿਨ ਯਾਰ ਮੇਰਾ ਤਾਂ ਬੋਰ ਹੋ ਜਾਣਾ ਨਹੀਂ ਯਾਰ ਬਿਲਕੁਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਈ ਫੀਲ ਦ ਸੇਮ ਜਦੋਂ ਜਦੋਂ ਆਪਾਂ ਮਿਲੇ ਆ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ
you know, I think good friends always come back. ਭਾਵੇਂ ਤੁਹਾਡੀ 2-2.5 ਸਾਲ ਗੱਲ ਨਾ ਹੋਈ ਹੋਵੇ, ਤੁਸੀਂ ਮਿਲੇ ਨਾ ਹੋਵੋ, ਤੇ ਗਾਣੇ ਨਾ ਕੀਤੇ ਹੋਣ ਇਕੱਠਿਆਂ ਨੇ, ਆਈ ਥਿੰਕ ਗੁੱਡ ਫਰੈਂਡਸ ਆਲਵੇਜ਼ ਕਮ ਬੈਕ. ਐਂਡ ਬੜੀ ਸੋਹਣੀ ਚੀਜ਼ ਹੈ, ਡੈਫੀਨੇਟਲੀ ਮਿਊਜ਼ਿਕ ਤੋਂ ਉੱਤੇ ਤਾਂ ਬਹੁਤ ਕੁਛ ਹੈ. ਮੈਂ ਵੀ ਇਹੋ ਜਿਹੀ ਗੱਲਾਂ ਕਰਨ ਲੱਗ ਪਈ ਹਾਂ. ਬਟ ਯਾ, ਆਈ ਐਮ ਰੀਅਲੀ ਐਕਸਾਈਟਿਡ. ਐਵਰੀਬਡੀ ਸੇਇੰਗ ਓ ਕਿਵੇਂ ਅੰਮ੍ਰਿਤ ਮਾਨ ਓਏ ਕਿੱਦਾਂ, ਤੇ ਦਿਸ ਇਜ਼ ਸਿਕ, ਦਿਸ ਇਜ਼ ਸਿਕ. ਆਈ ਐਮ ਫੀਲਿੰਗ ਅ ਲਿਟਲ, ਥੋੜਾ ਇਮੋਸ਼ਨਲ ਜਿਹਾ ਕਰਤਾ ਤੂੰ ਮੈਨੂੰ ਇੰਨੀ ਪਿਆਰ ਦੀਆਂ ਗੱਲਾਂ ਕਰਕੇ. ਬਟ ਆਂਟੀ ਜੀ ਕਿੱਦਾਂ, ਠੀਕ ਨੇ? ਹਾਂ, ਸ਼ੀ ਇਜ਼ ਗੁੱਡ, ਸ਼ੀ ਇਜ਼ ਰੀਅਲੀ ਗੁੱਡ. ਮੈਂ ਤੇਰੇ ਇੰਸਟਾਗ੍ਰਾਮ ਤੋਂ ਕਹਿਣਾ ਚਾਹੁੰਦਾ ਆਂਟੀ ਜੀ, ਤੁਹਾਨੂੰ ਮਿਸ ਕਰਦੇ ਆ ਬਹੁਤ ਜ਼ਿਆਦਾ, ਤੇ ਮੈਂ ਜਦੋਂ ਹੁਣ USA ਆਇਆ ਤੁਹਾਨੂੰ ਮਿਲ ਕੇ ਜਾਊਂਗਾ, ਤੁਹਾਡੇ ਹੱਥਾਂ ਦੀਆਂ ਰੋਟੀਆਂ ਖਾ ਕੇ ਜਾਊਂਗਾ. ਤੁਸੀਂ ਮੈਨੂੰ ਕਿਹਾ ਸੀਗਾ ਕਿ ਜਦੋਂ ਆਇਆ ਮਿਲ ਕੇ ਜਾਈ, ਤੇ ਮੇਰੇ ਵੱਲੋਂ ਜੈਸਮਿਨ ਦੇ ਇੰਸਟਾਗ੍ਰਾਮ ਤੋਂ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਤੇ ਮਿਸ ਯੂ. ਮੰਮੀ ਦੇਖਦੇ ਹੋਣੇ ਨੇ ਇੰਸਟਾ ਲਾਈਵ, ਪੱਕੀ ਗੱਲ ਹੈ, ਪੱਕੀ ਗੱਲ ਹੈ. ਜੀ ਜੀ ਜੀ. ਤੇ tomorrow, you guys, the show is happening tomorrow. I think 11-12 baje show shuru ho jana, right? Ji, apan ja rahe hain stage te thoda late. I would say definitely 3 baje ta har hal tak tusi utthe pahunch jao sare jane. Apan stage te aavange 4-5-6 baje de mahol kidda da, te so tusi pahunchyo utthe te apan vi aavange. And yeah, katthe perform karna fir pura pura raunak laavange, nave purane sare gaane sunawange. ਬੰਬ ਜੱਟ ਵੀ ਗਾਵਾਂਗੇ ਇਕੱਠੇ, ਹੈਂ, ਤੇ ਮਿੱਠੀ ਮਿੱਠੀ ਵੀ ਗਾਵਾਂਗੇ ਇਕੱਠੇ ਜੀ, ਤੇ ਐਂਡ ਵੀ ਗਾਵਾਂਗੇ. ਐਂਡ ਵੀ ਗਾਵਾਂਗੇ. ਤੂੰ ਕਿਹੜੀਆਂ ਛੇੜੀਆਂ ਗੱਲਾਂ ਯਾਰ, ਅਮਨੇ ਤੂੰ ਕਿਹੜੀਆਂ ਗੱਲਾਂ ਛੇੜੀਆਂ? ਅਸੀਂ ਸਾਡਾ ਨਾ ਸਾਡਾ ਐਂਡ ਗਾਣਾ ਜਿਹੜਾ ਮੇਰਾ ਹੁਣੀ ਜੂਸ ਬਾਈ ਨੇ ਮਿਊਜ਼ਿਕ ਕੀਤਾ, ਸਾਡਾ ਇਕੱਠਿਆਂ ਦਾ ਆਉਣਾ ਸੀ, ਜੈਸਮਿਨ ਤੇ ਅਸੀਂ ਆਲਰੇਡੀ ਰਿਕਾਰਡ ਕਰ ਚੁੱਕੇ ਸੀ. ਗਾਣੇ ਦੇ ਦੌਰਾਨ ਅਸੀਂ ਲੜ ਪਏ, ਬਹੁਤ ਘੈਂਟ ਲੜੇ ਆਪਸ ਦੇ ਵਿੱਚ, ਘੈਂਟ ਲੜਾਈ ਹੋਈ ਸਾਡੀ, ਯੁੱਧ ਚੱਲਿਆ, ਤੇ ਮੈਂ ਵੀ ਪੂਰਾ ਆਕੜ ਚ ਸੀਗਾ, ਜੈਸਮਿਨ ਵੀ ਪੂਰੀ ਆਕੜ ਚ ਸੀ. 2-2.5 ਸਾਲ ਅਸੀਂ ਇੱਕ ਦੂਜੇ ਨੂੰ ਬੁਲਾਇਆ ਨੀ, ਪੂਰੀ ਫੀਲਿੰਗ ਚ ਵੀ ਅਸੀਂ ਤਾਂ ਆਈ ਆ, ਘੈਂਟ ਆ ਅਸੀਂ, ਹੈਨਾ. ਤੇ ਅੱਜ ਅਸੀਂ ਇਕੱਠੇ ਹੋਏ, ਫਿਰ ਅਸੀਂ ਮਿਲੇ. ਗਾਣਾ ਤਾਂ ਫਿਰ ਕਰ ਲਿਆ ਇਕੱਲੇ ਨੇ, ਹੈ? ਚਲੋ ਹੁਣ ਇਕੱਠੇ ਕਰਾਂਗੇ, ਹੁਣ ਇਕੱਠੇ ਕਰਾਂਗੇ. ਦੇਖ ਤੈਨੂੰ ਵੀ ਪਤਾ ਜਿਹੜਾ ਆਪਾਂ ਇਕੱਠਿਆਂ ਨੇ ਕੀਤਾ ਸੀ ਉਹ ਜ਼ਿਆਦਾ ਘੈਂਟ ਸੀ. ਬਸ ਸਹੀ ਹੈ, ਆਮ ਹੈਪੀ, ਆਮ ਹੈਪੀ ਉਹ ਗਾਣਾ ਆ ਗਿਆ, ਕਿਉਂਕਿ ਓਬਵੀਅਸਲੀ ਜੇ ਤੂੰ ਮੇਰੀ ਵੇਟ ਕਰਦਾ ਰਹਿੰਦਾ ਤੇ ਫਿਰ ਸ਼ਾਇਦ, ਹੈਨਾ, ਗਾਣਾ ਗਾਣੇ ਦੀ ਜਦੋਂ ਜਿੱਥੇ ਕਿਸਮਤ ਹੁੰਦੀ ਹੈ ਗਾਣੇ ਦੀ, ਜਿੱਥੇ ਗਾਣਾ ਰਿਲੀਜ਼ ਹੋਣਾ ਹੁੰਦਾ, ਜਦੋਂ ਵੀ ਉਦੋਂ ਹੋ ਜਾਂਦਾ, ਹੈਨਾ. ਤੇ ਲੋਕੀ ਇਕੱਠੇ ਹੋਣ ਲੱਗ ਪਏ ਨੇ ਪਾਰਕਿੰਗ ਲੋਟ ਚ, ਆਪਾਂ ਫਿਰ ਨਿਕਲੀਏ, ਆਪਾਂ ਨਿਕਲਦੇ, ਹੈਂ, ਇਕੱਠੇ ਇਕੱਠੇ ਦੋਨੇ ਜਣੇ ਬੈਠੇ ਆ ਗੱਡੀ ਚ, ਤੇ ਫਿਰ ਇੱਥੇ ਭੀੜ ਲੱਗ ਸਕਦੀ ਹੈ ਥੋੜੀ ਬਹੁਤ, ਥੋੜੀ ਬਹੁਤ. ਸਾਊਥ ਹਾਲ ਚ ਬੈਠੇ ਆ, ਮਾਰ ਲਈਏ ਥੋੜੀ, ਸਾਊਥ ਹਾਲ ਚ ਬੈਠੇ ਆ, ਕੋਈ ਛੋਟੀ ਮੋਟੀ ਗੱਲ ਨੀਗੀ. ਚਲੋ ਠੀਕ ਹੈ, ਸਹੀ ਹੈ, ਸਹੀ ਹੈ. ਗੱਡੀਆਂ ਸਾਰੇ ਪਾਸੇ, ਗੱਡੀਆਂ ਨੇ ਸਾਨੂੰ ਸਾਰੇ ਪਾਸੇ ਘੇਰ ਲਿਆ. ਤੇ ਚਲੋ ਠੀਕ ਹੈ, ਆਪਾਂ ਮਿਲਦੇ ਆ ਫਿਰ ਕੱਲ ਸਟੇਜ ਤੇ, ਸਟੇਜ ਤੇ ਇਕੱਠੇ ਰੌਣਕਾਂ ਲਾਉਣੇ ਆ. ਅੱਜ ਸ਼ਾਮੀ ਸਾਡੀ ਰਿਹਰਸਲ ਆ, ਹੈਨਾ, ਤੇ ਕਿੰਨੇ ਵਜੇ ਪਹੁੰਚ ਰਿਹਾ ਤੂੰ ਰਿਹਰਸਲ? 6:30 ਸਾਡੇ 6, ਠੀਕ ਹੈ, ਮੈਂ ਤੈਨੂੰ ਮਿਲਦੀ ਹਾਂ ਉੱਥੇ, ਜੇ ਤੇਰੀ ਸ਼ਾਪਿੰਗ ਮੁੱਕ ਗਈ ਤਾਂ. ਹਾਂ, ਮੇਰੀ ਸ਼ਾਪਿੰਗ, ਹਾਂ, ਆ ਗਿਆ, ਆ ਗਿਆ, ਆ ਗਿਆ, ਠੀਕ ਹੈ, ਚਲੋ ਠੀਕ ਹੈ, ਓਕੇ, ਆਲਰਾਈਟ, ਬਾਏ ਬਾਏ ਗਾਇਸ. ਡਿਸਟਰੈਕਟਡ ਥੋੜੇ ਹੋ ਗਏ ਆਪਾਂ, ਕਾਫੀ ਕੁਝ ਇੱਥੇ ਹੋਣ ਲੱਗ ਪਿਆ ਪਾਰਕਿੰਗ ਲੋਟ ਚ. ਥੈਂਕ ਯੂ, ਤੇ ਥੈਂਕ ਯੂ. ਬੰਬ ਬਾਏ, ਬੰਬ, ਵੀ ਆਰ ਬੰਬ, ਠੀਕ ਹੈ ਗਾਇਸ. ਇਹ ਕਿੱਥੇ ਕਰਾਂ ਨੂੰ ਬੰਦ ਮੈਂ, ਕਿੱਥੋਂ ਕਰਦੇ? ਇੱਕ ਸੈਕਿੰਡ, ਇਹਨੂੰ ਇਹਨੂੰ ਨਹੀਂ 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 ਇਹਨੂੰ ਇਹਨੂੰ ਕੱਟ ਕੇ ਬਣ ਗਈ ਗੱਲ.